ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੌਬ ਸਿੰਘ ਤੇ ਅੱਜ ਗੱਲ ਕਰਨ ਜਾ ਰਿਹਾ ਬੈਂਸ ਕੈਲੀਫੋਰਨੀਆ ਵਾਲੀ ਦੀ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਹਿਮਾਂਸ਼ੀ ਖੁਰਾਣਾ ਅਤੇ ਸਹਿਨਾਜ਼ ਕੌਰ ਗਿੱਲ ਦਾ ਮੁੱਦਾ ਕਾਫੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਤੇ ਇਸ ਦੇ ਨਾਲ ਨਾਲ ਹੀ ਬੈਂਸ ਕੈਲੀਫੋਰਨੀਆ ਵਾਲੀ ਦਾ ਵੀ ਪੰਗਾ ਇੰਸਟਾ ਦੇ ਨਾਮੀ ਪੇਜ ਜੱਟ ਵੀ ਲਾਈਕ ਵਾਲਿਆਂ ਨਾਲ ਪਿਆ ਹੋਇਆ ਹੈ ਤੇ ਇਹ ਬੈਂਸ ਕੈਲੀਫੋਰਨੀਆ ਵਾਲੀ ਜੱਟ ਵੀ ਲਾਈਕ ਅਤੇ ਸਹਿਨਾਜ਼ ਕੌਰ ਗਿੱਲ ਦੋਵਾਂ ਦੇ ਖਿਲਾਫ ਹੈ ਪਰ ਹਿਮਾਂਸ਼ੀ ਖੁਰਾਣਾ ਦੇ ਹੱਕ ਵਿੱਚ ਹੈ। ਆਓ ਉਸ ਵੀਡੀਓ ਵੱਲ ਵਧਦੇ ਹਾਂ ਜਿਸ ਵਿੱਚ ਬੈਂਸ ਕੈਲੀ ਵਾਲੀ ਜੱਟ ਵੀ ਲਾਈਕ ਵਾਲਿਆਂ ਨੂੰ ਬੁਰਾ ਭਲਾ ਬੋਲ ਰਹੀ ਹੈ ਤੇ ਦੋਸਤੋ, ਤੁਸੀਂ ਕਿਸ ਦੇ ਫੈਨ ਹੋ, ਬੈਂਸ ਕੈਲੀ ਵਾਲੀ ਦੇ ਜਾਂ ਜੱਟ ਵੀ ਲਾਈਕ ਵਾਲਿਆਂ ਦੇ? ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਕਰਦੇ ਹਾਂ ਸਟਾਰਟ ਵੀਡੀਓ। ਬਸ ਉੱਠ ਕੇ ਓ ਥੈਂਕ ਯੂ, ਸਪੋਰਟਾਂ ਕਰਿਓ, ਸਪੋਰਟਾਂ ਕਿਉਂ ਕਰੀਏ ਤੈਨੂੰ, ਸਪੋਰਟਾਂ ਤੈਨੂੰ ਕਦੋਂ ਸਪੋਰਟਾਂ ਕਰੀਏ ਅਸੀਂ, ਆਪਦੇ ਪੈਰਾਂ ਦੇ ਉੱਤੇ ਕੱਲੇ ਤੋਂ ਖੜ ਨਹੀਂ ਹੁੰਦਾ ਜਿਹੜੇ ਤੈਨੂੰ ਅਸੀਂ ਸਪੋਰਟਾਂ ਲਈਏ, ਜਿਹੜੇ ਤੈਨੂੰ ਸਪੋਰਟਾਂ ਕਰਦੇ ਵੀ ਆ। ਆਈ ਐਮ ਸੋ ਸੋਰੀ। ਹਿਮਾਂਸ਼ੀ ਜੋ ਵੀ ਇਹਨੇ ਗਿਆ ਤੇਰੀ ਸ਼ਕਲ ਤਾਂ ਹੈਗੀ ਸੂਰ ਵਰਗੀ, ਖੁਸਰਾ ਤਾਂ ਤੂੰ ਮੈਨੂੰ ਲੱਗਦਾ ਆ ਸ਼ਕਲ ਤੋਂ ਵੀ ਅੰਕਲ ਜਿਹਾ। ਯਾਰ ਇਸ ਬੰਦੇ ਦੀ ਸ਼ਕਲ ਦੇਖ ਕੇ ਮੈਨੂੰ ਉਲਟੀ ਆਉਂਦੀ ਆ ਕਿ ਰੱਬ ਨੇ ਏਦਾਂ ਦੇ ਫਾਲਤੂ ਬੰਦੇ ਵੀ ਦੁਨੀਆਂ ਤੇ ਭੇਜੇ ਆ, ਏਦਾਂ ਦੇ ਫਾਲਤੂ ਬੰਦੇ ਕਿ ਰੱਬਾ ਕਿਸੇ ਚੱਜ ਦੇ ਬੰਦੇ ਨੂੰ ਭੇਜ ਦਿੰਦਾ ਦੁਨੀਆਂ ਤੇ, ਉਸ ਬੰਦੇ ਦਾ ਇਨਸਾਨ ਦਾ ਭਲਾ ਹੁੰਦਾ, ਕਿਸੇ ਨੂੰ ਹੋਰ ਜੂਨ ਚੋਂ ਕੱਢ ਕੇ ਇਨਸਾਨਾਂ ਦੀ ਜੂਨ ਚ ਆ ਸੂਰ ਨੂੰ ਹੀ ਬਣਾਉਣਾ ਸੀ ਤੂੰ। ਯਾਰ ਮੈਂ ਗੱਲ ਕਹਿਣ ਲੱਗੀ ਸੀ, ਮੈਨੂੰ ਚੇਤਾ ਭੁੱਲ ਗਈ, ਛੱਟ। ਸੋ ਦੋਸਤੋ, ਹੁਣ ਦੇ ਲਈ ਇੰਨਾ ਹੀ, ਜਲਦ ਕਿਸੇ ਨਵੀਂ ਅਪਡੇਟ ਨਾਲ ਮਿਲਾਂਗੇ ਤੇ ਜਿਨ੍ਹਾਂ ਸਰੋਤਿਆਂ ਨੇ ਹਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ।